ਫਰੈਂਡਸ ਵੈਲਕਮ ਟੂ ਸਟੋਰੀ ਸ਼ੋਕਰਸ ਹਿਅਰ ਸਟੋਰੀ ਬਿਕਮਸ ਈਜ਼ੀਅਰ ਸੋ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਜੋ ਕਿ 6:35 ਦੇ ਰਿਗਾਰਡਿੰਗ ਕੇਸ ਦੇ ਨਾਲ ਰਿਗਾਰਡਿੰਗ ਇਹ ਇਨਫੋਰਮੇਸ਼ਨ ਹੈ ਜਿਵੇਂ ਤੁਹਾਨੂੰ ਪਤਾ ਜੀ ਕੋਵਿਡ-19 ਦੇ ਕੇਸਾਂ ਦੇ ਚੱਲਦੇ ਕਈ ਵਾਰ ਜਿਹੜੇ ਕੋਰਟ ਕੇਸਿਸ ਦੀ ਡੇਟ ਹੈ ਉਹ ਐਕਸਟੈਂਡ ਕਰ ਦਿੱਤੀਆਂ ਗਈਆਂ ਨੇ ਅੱਗੇ ਪੋਸਟਪੋਨ ਕਰ ਦਿੱਤੀਆਂ ਗਈਆਂ ਨੇ ਤਾਂ ਇੱਕ ਵਾਰ ਫਿਰ ਤੋਂ ਕੋਵਿਡ-19 ਦੇ ਚੱਲਦੇ ਇੱਕ ਨਵੇਂ ਆਰਡਰ ਜਿਹੜੇ ਜਾਰੀ ਕਰ ਦਿੱਤੇ ਗਏ ਹਨ ਤੁਸੀਂ ਦੇਖ ਸਕਦੇ ਹੋ ਕਾਫੀ ਲੌਂਗ ਜਿਹੜਾ ਆਰਡਰ ਹੈ ਇਸ ਵਿੱਚ ਅਲੱਗ-ਅਲੱਗ ਕੇਸਿਸ ਬਾਰੇ ਦੱਸਿਆ ਗਿਆ ਤੁਸੀਂ ਡਿਟੇਲ ਦੇ ਵਿੱਚ ਇਸ ਨੂੰ ਪੜ੍ਹ ਸਕਦੇ ਹੋ ਲੇਕਿਨ ਅਗਰ ਆਪਾਂ ਆਪਣੀ 6:35 ਵਾਲੇ ਕੇਸ ਦੀ ਗੱਲ ਕਰ ਲਈਏ ਤਾਂ ਉਸ ਤੇ ਜਿਹੜਾ ਅਪਲਾਈ ਹੁੰਦਾ ਹੈ ਉਹ ਹੈਗਾ ਜੀ 8th ਨੰਬਰ ਉਸ ਤੇ ਅਪਲਾਈ ਹੁੰਦਾ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਅਰਜਮੈਂਟ ਆਫ ਕੇਸਸ ਤੇ ਇਹਦੇ ਵਿੱਚ ਦੇਖੋ ਮੈਂਸ਼ਨ ਹੈਗਾ ਜੀ ਕਿ ਜਿਹੜੇ ਵੀ ਕੇਸਸ ਫਿਕਸਡ ਹੋਏ ਸੀ ਜਾਂ ਲਿਸਟ ਹੋਏ ਸੀ ਫਰੋਮ 1/2/2022 ਤੋਂ 28/2/2022 ਤੱਕ shall be adjourned to unnu nu adjourn kar ditta gaya by nic for the future dates mentioned here in and ede vich apna jada hai oh 10 february nu hoya si ta 10 february wale jade hai oh 26 september nu 26 september 2022 nu jade adjourn kar ditte gaye us to baad inna ne na ithe jo ditta hai oh e huga ki is of urgency in the case which are fixed from 1 2 2022 to 28 2 2022 will be adjourned as per ਅਬਵ ਥਰੂ ਐਨ ਆਈਸੀ ਦਾ ਲਰਨ ਕਾਉਂਸਲ ਮੇ ਮੂਵ ਐਨ ਐਪਲੀਕੇਸ਼ਨ ਫੋਰ ਦਾ ਪ੍ਰੀਪੋਨਮੈਂਟ ਸੋ ਜਿਹੜੇ ਵੀ ਲਿਸਟ ਹੋਈ ਸੀਗੇ 1 2 ਤੋਂ 28 2 ਤੱਕ ਯਾਨੀ ਕਿ ਆਪਣਾ 10 ਫਰਵਰੀ ਨੂੰ ਹੋਇਆ ਸੀ ਉਹ ਅਰਜਨ ਕਰ ਦਿੱਤਾ ਗਿਆ ਹੈ ਲੇਕਿਨ ਕਹਿੰਦੇ ਅਗਰ ਤੁਹਾਨੂੰ ਲੱਗਦਾ ਹੈ ਕਿ ਅਰਜਨ ਕੇਸ ਹੈਗਾ ਔਰ ਪਹਿਲਾ ਸੁਣਵਾਈ ਹੋਣੀ ਚਾਹੀਦੀ ਹੈ ਤਾਂ ਉਹਦੇ ਲਈ ਇੱਕ ਐਪਲੀਕੇਸ਼ਨ ਜਿਹੜੀ ਉਹ ਮੂਵ ਕੀਤੀ ਜਾ ਸਕਦੀ ਹੈ ਕਿ ਉਸ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਪ੍ਰੀਪੋਨ ਕੀਤੀ ਜਾਵੇ ਇਸ ਦੇ ਰਿਗਾਰਡਿੰਗ ਇੱਕ ਐਪਲੀਕੇਸ਼ਨ ਲਗਾਈ ਜਾ ਸਕਦੀ ਹੈ ਅਦਰਵਾਈਜ਼ ਜਿਹੜੇ ਕੇਸਿਸ ਹੈਗੇ ਆ ਉਹ ਆਪਣੇ ਵਾਲੇ ਕੇਸਿਸ ਜਿਹੜੇ ਆ ਆਰਡੀਨਰੀ ਵਾਲੇ ਉਹ ਇੱਥੇ ਜਿਹੜੇ ਆ ਉਹ ਕਰ ਦਿੱਤੇ ਗਏ ਆ ਪੋਸਟਪੋਨ ਤੋਂ ਲਵਾ ਜਿਹੜੇ ਸਪੈਸ਼ਲ ਡਿਵੀ ਰੀਜਨ ਬੈਂਚ ਵਾਲੇ ਮੈਟਰ ਸੀਗੇ ਜਿਹੜੇ 29-1-2022 ਤੋਂ 28-2-2022 ਦੇ ਵਿੱਚ ਵਿੱਚ ਲਿਸਟ ਹੋਏ ਸੀ ਉਹਨਾਂ ਨੂੰ ਵੀ ਅੱਗੇ ਪੋਸਟਪੋਨ ਕਰ ਦਿੱਤਾ ਗਿਆ ਤੇ ਉਹਨਾਂ ਦੀ ਜਿਹੜੀ ਪੋਸਟਪੋਨ ਵਾਲਾ ਜਿਹੜਾ ਬਾਕਸ ਹੈ ਉਹ ਨੀਚੇ ਹੈ ਇਸ ਬਾਕਸ ਦੇ ਮੁਤਾਬਿਕ ਉਹ ਜਿਹੜੇ ਅੱਗੇ ਪੋਸਟਪੋਨ ਹੋਣਗੇ ਲੇਕਿਨ ਆਪਣਾ ਜੋ 2364 ਵਾਲਾ ਕੇਸ ਸੀਗਾ ਉਹ ਸਪੈਸ਼ਲ ਬੈਂਚ ਵਾਲਾ ਤਾਂ ਸੀ ਲੇਕਿਨ ਉਹਦੀ ਡੇਟ ਪਹਿਲਾਂ ਤੋਂ ਹੀ 12 ਮਈ ਹੈ ਉਹ 29 ਜਨਵਰੀ ਤੋਂ ਲੈ ਕੇ 28 ਫਰਵਰੀ ਦੇ ਵਿੱਚ ਨਹੀਂ ਆਉਂਦਾ ਉਹ ਉਸ ਤੋਂ ਬਾਅਦ ਵਾਲੀ ਡੇਟ ਵਾਲਾ ਹੈ ਸੋ ਉਜ਼ੇ ਉੱਤੇ ਇਹ ਵਾਲਾ ਬਾਕਸ ਜਿਹੜਾ ਅਪਲਾਈ ਨਹੀਂ ਹੁੰਦਾ ਹਾਂ ਛਾੜ 35 ਦੇ ਉੱਤੇ ਬਾਕਸ ਜਿਹੜਾ ਅਪਲਾਈ ਹੁੰਦਾ ਹੈਗਾ ਕਿ 10 ਫਰਵਰੀ ਨੂੰ ਜਿਹੜੀ ਡੇਟ ਸੀਗੀ ਉਹ ਹੁਣ ਅੱਗੇ 26 ਸਪਟੈਂਬਰ 2022 ਕਰ ਦਿੱਤੀ ਗਈ ਇਹ ਨੋਟਿਸ ਵੀ ਜਿਹੜਾ ਆਫੀਸ਼ੀਅਲ ਹੈਗਾ ਕਈ ਇਸ ਨੂੰ ਕਹਿੰਦੇ ਕਿ ਇਹ ਆਫੀਸ਼ੀਅਲ ਨੋਟਿਸ ਨਹੀਂ ਹੈ ਆਫੀਸ਼ੀਅਲ ਵੈਬਸਾਈਟ ਤੇ ਆਇਆ ਹੋਇਆ ਆਫੀਸ਼ੀਅਲ ਨੋਟਿਸ ਹੈ ਕੋਈ ਵਾਇਰਲ ਨੋਟਿਸ ਨਹੀਂ ਹੈ ਸੋ ਇਹ ਵੀ ਜਿਹੜੀ ਅਨਾਉਂਸਮੈਂਟ ਹੈ ਪੋਸਟਪੋਨ ਕਰਨ ਦੀ ਇਹ ਵੀ ਇੱਕ ਆਫੀਸ਼ੀਅਲ ਅਨਾਉਂਸਮੈਂਟ ਹੈ ਜੇ ਆਪਾਂ ਗੱਲ ਕਰ ਲਈਏ ਕਿ ਹੁਣ ਕੇਸ ਸਟੇਟਸ ਦੀ ਕਈ ਵਾਰ ਕੇ देख सकते हो केस स्टेटस फिलहाल इतने दस फरवरी दो हज़ार बई ही शो हो रहा है बाकी हले कई बार बहुत लेट अपडेट हूँ ने, ने जुमी नैक्सट अपडेट ये हुई आपे अपडेट करा सो फिलहाल की इनफोर्मेशन यही है जी कि जोड़ा है एक बार पोस्टपोन कर देते गए हैं गल कर ली तीस सौ चौंह वाले केस की जिससे रिगार्डिंग रिव्यू लगाई गई थी उसकी नैक्सट डेट बारह मई दो हज़ार बई है सो ये अगे पोस्टपोन नहीं हुआ इसी डेट यही है बारह मई दो हज़ार बई लेकिन छाठ पैंती वाले केस की जोड़ी अपडेट वो आ चुकी है जी आई होप थोड़ी यूजफुल रही होगी सो प्लीज़ में लाइक करो वो ਸ਼ੇਅਰ ਕਰੋ ਤਾਂ ਕਿ ਸਾਰੇ ਜਨਤਾ ਨੂੰ ਇਨਫੋਰਮੇਸ਼ਨ ਪਹੁੰਚ ਸਕੇ ਕਈ ਇਸ ਕੇਸ ਦੀ ਅਪਡੇਟ ਤੇ ਸੁਣਵਾਈ ਦੀ ਵੇਟ ਕਰ ਰਹੇ ਹੁੰਦੇ ਆ ਤਾਂ ਉਹ ਸਬਤ ਤੱਕ ਇਨਫੋਰਮੇਸ਼ਨ ਪਹੁੰਚਣੀ ਚਾਹੀਦੀ ਹੈ ਕਿ ਕੇਸ ਦੀ ਸੁਣਵਾਈ ਦੀ ਜਿਹੜੀ ਨੈਕਸਟ ਡੇਟ ਆ ਉਹ ਕਿਹੜੀ ਹੋ ਚੁੱਕੀ ਹੈ ਸੋ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਨੂੰ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਵਰਤੋਂ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਂਦੀ ਤਾਂ ਪਲੀਜ਼ Telegram ਚੈਨਲ ਨੂੰ ਜ਼ਰੂਰ ਜੁਆਇਨ ਕਰੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਥੈਂਕ ਯੂ